ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਪੰਜਾਬ ਡੈਮੋਕਰੇਟਿਕ ਅਲਾਈਅੰਸ ਦੇ ਨਾਲ ਅਕਾਲੀ ਟਕਸਾਲੀ ਹੱਥ ਮਿਲਾਉਣ ਜਾ ਰਹੇ ਸਨ, ਪਰ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਅਕਾਲੀ ਦਲ ਟਕਸਾਲੀ ਅਤੇ ਪੰਜਾਬ ਡੈਮੋਕਰੇਟਿਕ ਅਲਾਈਅੰਸ ਦੇ ਵਿੱਚ ਸੰਧੀ ਨਹੀਂ ਹੋਈ, ਜਿਸ ਤੋਂ ਬਾਅਦ ਹੁਣ ਅਕਾਲੀ ਦਲ ਟਕਸਾਲੀ ਹੱਥ ਮਿਲਾਉਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ। ਆਖਿਰ ਇਸ ਸਾਰੇ ਮਸਲੇ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਅਕਾਲੀ ਦਲ ਟਕਸਾਲੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀ ਕਿਹਾ ਅਤੇ ਰਣਜੀਤ ਸਿੰਘ ਜੀ ਬ੍ਰਹਮਪੁਰਾ ਨੇ ਕੀ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਜਿਹੜਾ ਪੰਜਾਬ ਦੇ ਅੰਦਰ ਪੰਜਾਬ ਡੈਮੋਕਰੇਟਿਕ ਅਲਾਈਅੰਸ ਦੀ ਅਸੀਂ ਗੱਲ ਕਰ ਰਹੇ ਸੀ, ਉਸ ਦੇ ਵਿੱਚ ਡੈਡਲੌਕ ਪਿਆ ਹੈ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤੀਜਾ ਬਦਲ ਜਿਹੜਾ ਉਹ ਅਸੀਂ ਦੇ ਸਕੀਏ। ਸੋ ਉਸ ਦੇ ਲਈ ਪਹਿਲਾਂ ਖਹਿਰਾ ਸਾਹਿਬ, ਬੈਂਸ ਬ੍ਰਦਰ, ਗਾਂਧੀ ਸਾਹਿਬ ਔਰ ਬੀ ਐੱਸ ਪੀ ਦੇ ਜਿਹੜੇ ਹੈਗੇ ਨੇ ਰਸ਼ਪਾਲ ਰਾਜੂ, ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ, ਲੇਕਿਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਵੀ ਗੱਲ ਚੱਲਦੀ ਰਹੀ ਹੈ। ਸੋ ਹੁਣ ਸਾਡੀ ਅਜੇ ਵੀ ਕੋਸ਼ਿਸ਼ ਹੈ, ਸਾਡਾ ਇੱਕ ਸੀਟ ਦੇ ਉੱਤੇ ਸਿਰਫ ਰੌਲਾ ਚੱਲ ਰਿਹਾ, ਉਹ ਹੈਗੀ ਅਨੰਦਪੁਰ ਸਾਹਿਬ ਦੀ ਸੀਟ। ਸਾਡੀ ਕੋਸ਼ਿਸ਼ ਹੈ, ਚਾਹੇ ਬ੍ਰਹਮਪੁਰਾ ਸਾਹਿਬ ਨੇ, ਚਾਹੇ ਸੇਖਵਾਂ ਸਾਹਿਬ ਨੇ, ਚਾਹੇ ਡਾਕਟਰ ਅਜਨਾਲਾ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਨੇ, ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਹਰ ਹਾਲਤ ਦੇ ਵਿੱਚ ਪੰਜਾਬ ਨੂੰ ਤੀਜਾ ਬਦਲ ਦੇ ਸਕੀਏ। ਤੀਜੇ ਬਦਲ ਦੇ ਵਿੱਚ ਪੰਜ ਪਾਰਟੀਆਂ ਤਾਂ ਹੈਗੀਆਂ ਸੀ, ਛੇਵੀਂ ਪਾਰਟੀ ਜਿਹੜੀ ਬਾਹਰ ਸੀ ਉਹ ਹੈਗੀ ਸੀ ਆਮ ਆਦਮੀ ਪਾਰਟੀ। ਸੋ ਜਿਸ ਤਰੀਕੇ ਦੀਆਂ ਖਬਰਾਂ ਅੱਜ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ, ਇਹਨਾਂ ਨੂੰ ਅਸੀਂ ਵਿਰਾਮ ਦੇਣ ਲਈ ਆਉਂਦੇ ਦਿਨਾਂ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ 5 ਤਰੀਕ ਤੱਕ ਕੋਈ ਇਸ ਤਰ੍ਹਾਂ ਦਾ ਮਾਹੌਲ ਬਣ ਸਕੇ ਕਿ ਇੱਕ ਸੀਟ ਦੇ ਉੱਪਰ ਇੱਕ ਹੀ ਕੈਂਡੀਡੇਟ ਸਾਡਾ ਹੋਵੇ, ਰਵਾਇਤੀ ਪਾਰਟੀਆਂ ਦਾ ਅਸੀਂ ਹਰ ਹਾਲਤ ਦੇ ਵਿੱਚ ਵਿਰੋਧ ਕਰ ਸਕੀਏ, ਅਕਾਲੀ ਦਲ, ਬਾਦਲ, ਬੀ ਜੇ ਪੀ ਔਰ ਕਾਂਗਰਸ ਦਾ। ਸੋ ਉਸ ਵਾਸਤੇ ਸਾਡੀ ਕੋਸ਼ਿਸ਼ ਹੈ, ਲੇਕਿਨ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਮਸਲਾ ਜਿਸ ਤਰੀਕੇ ਦੇ ਨਾਲ ਸਾਡਾ ਉੱਧਰ ਸੀ ਡੈਡਲੌਕ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਨਾਲ, ਉਹੀ ਅੱਜ ਸਾਡਾ ਅਜੇ ਤੱਕ ਇੱਥੇ ਹੈਗਾ, ਕਿਉਂਕਿ ਜਿੱਥੇ ਸਾਡੇ ਕੈਂਡੀਡੇਟ 2 ਐਲਾਨੇ ਗਏ ਨੇ, ਜੇ ਜੇ ਸਿੰਘ ਔਰ ਵੀਰ ਦਵਿੰਦਰ ਸਿੰਘ, ਉੱਥੇ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਐਲਾਨੇ ਹੋਏ ਨੇ। ਸੋ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਤਰਫੋਂ ਹਰ ਤਰ੍ਹਾਂ ਦਾ ਸੈਕਰੀਫਾਈ ਕੀਤਾ ਜਾਵੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਨੇ, ਸਿਰਫ ਚੋਣਾਂ ਲੜਨ ਵਾਸਤੇ ਨਹੀਂ, ਚੋਣਾਂ ਜਿੱਤਣ ਵਾਸਤੇ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ ਜੀ, ਕੱਲ੍ਹ ਭਗਵੰਤ ਮਾਨ ਜੀ ਇੱਥੇ ਘਰ ਆਏ ਸੀਗੇ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸੀ, ਸਾਡੇ ਨਾਲ ਵੀ ਸਾਡੇ ਸਾਥੀ ਸੀ। ਤਕਰੀਬਨ 1.5-2 ਘੰਟੇ ਗੱਲਬਾਤ ਚੱਲੀ ਆ, ਗੱਲ ਬੜੀ ਪੋਜ਼ਿਟਿਵ ਰਹੀ ਆ। ਅਸੀਂ 2-3 ਦਿਨ ਤੱਕ ਫਿਰ ਮਿਲਾਂਗੇ, ਔਰ ਸਾਨੂੰ ਲੱਗਦਾ ਵੀ ਜਿਹੜਾ 2 ਦਿਨਾਂ ਤੱਕ ਮਿਲਾਂਗੇ ਉਹਦੇ ਵਿੱਚ ਕੋਈ ਨਾ ਕੋਈ ਸਾਡਾ ਪੱਕਾ ਫੈਸਲਾ ਹੋ ਜਾਊਗਾ। ਜੇ ਕਿਹਾ ਜਾਵੇ ਜਿਹੜਾ ਪੰਜਾਬ ਡੈਮੋਕਰੇਟਿਕ ਅਲਾਈਅੰਸ, ਸੁਖਪਾਲ ਖਹਿਰਾ, ਪੰਜਾਬੀ ਏਕਤਾ ਪਾਰਟੀ ਔਰ ਲੋਕ ਇਨਸਾਫ ਪਾਰਟੀ, ਜਿਹਨਾਂ ਨਾਲ ਤੁਹਾਡਾ ਸਮਝੌਤਾ ਹੋਣ ਜਾ ਰਿਹਾ, ਹੁਣ ਉੱਥੇ ਰਸਤੇ ਸਰ ਤੁਹਾਡੇ ਵੱਲੋਂ ਬੰਦ ਕਰ ਦਿੱਤੇ ਗਏ? ਨਹੀਂ ਜੀ, ਰਸਤੇ ਤਾਂ ਉਹਨਾਂ ਨੇ ਬੰਦ ਕਰ ਦਿੱਤੇ, ਅਸੀਂ ਰਸਤੇ ਬੰਦ ਤਾਂ ਨਹੀਂ ਕੀਤੇ, ਅਸੀਂ ਤਾਂ ਚਾਹੁੰਦੇ ਸਾਂ, ਅਸੀਂ ਤਾਂ ਬਲਕਿ ਚਾਹੁੰਦੇ ਸਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਮਹਾਂਗਠਬੰਧਨ ਜਿਹੜਾ ਬਣਾਇਆ ਜਾਵੇ, ਲੇਕਿਨ ਉਹਨਾਂ ਦੀਆਂ ਆਪੋ ਵਿਧੀ ਰਣਸੀਆਂ ਕਰਕੇ ਉਹ ਇਕੱਠੇ ਨਹੀਂ ਹੋ ਸਕਦੇ, ਇਸ ਕਰਕੇ ਇਹ ਜਿਹੜਾ ਕੰਮ ਜਿਹੜਾ ਸਾਰਾ ਨਹੀਂ ਹੋ ਸਕਿਆ। ਅਤੇ ਹੁਣ ਜਿਹੜਾ ਉਹਨਾਂ ਦੇ ਨਾਲ ਵੀ ਸਾਡੀ ਇਸ ਗੱਲ 'ਤੇ ਟੁੱਟ ਗਈ ਵੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਮੰਗਦੇ ਸਾਂ, ਕਿਉਂਕਿ ਖਾਲਸਾ ਪੰਥ ਦਾ ਉੱਥੇ ਜਨਮ ਹੋਇਆ, ਇਸ ਕਰਕੇ ਅਸੀਂ ਸਾਡਾ ਹੱਕ ਬਣਦਾ ਹੈ। ਔਰ ਉੱਥੇ ਸੀਟ 'ਤੇ ਬੀ ਐੱਸ ਪੀ ਕਦੀ ਲੜੀ ਨਹੀਂ, ਕਦੀ ਜਿੱਤੀ ਨਹੀਂ, ਔਰ ਉਹਦੇ 'ਤੇ ਜਾਂ ਅਕਾਲੀ ਜਿੱਤਦੇ ਰਹੇ ਜਾਂ ਕਾਂਗਰਸ ਜਿੱਤਦੇ ਰਹੇ, ਉਹਨਾਂ ਦਾ ਹੱਕ ਉਹ ਨਹੀਂ ਸੀਗਾ ਬਣਦਾ।
ਪਰ ਉਹਨਾਂ ਨੇ ਸਾਨੂੰ ਇਗਨੋਰ ਕੀਤਾ ਔਰ ਖਾਮ ਖਾ ਕਈ ਵੱਧ ਘੱਟ ਉਹਨਾਂ ਗੱਲਾਂ ਕੀਤੀਆਂ ਸੀ, ਉਹਦਾ ਜਵਾਬ ਦੇਣਾ ਨਹੀਂ ਚਾਹੁੰਦੇ। ਇਸ ਕਰਕੇ ਹੁਣ ਉਹਨਾਂ ਦੇ ਨਾਲ ਪੀਡੀ ਵਾਲਿਆਂ ਨਾਲ ਸਾਡੀ ਗੱਲਬਾਤ ਨਹੀਂ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੀ ਪੰਜਾਬ ਨੂੰ ਤੀਜਾ ਬਦਲ ਮਿਲਦਾ ਹੈ, ਕਿਉਂਕਿ ਕਈ ਧਿਰਾਂ ਮਿਲ ਕੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਅੰਦਰ ਇਹ ਚੋਣਾਂ ਲੜਨਗੀਆਂ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਹੋ ਸਕਦਾ ਹੈ ਅਕਾਲੀ ਟਕਸਾਲੀਆਂ ਦਾ ਅਲਾਇੰਸ। ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ 2019 ਦੀਆਂ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ ਅਤੇ 13 ਸੀਟਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਕਿਸ ਦੇ ਖਾਤੇ ਦੇ ਵਿੱਚ ਜਾਂਦੀਆਂ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।